ਬਿਸਮਿਲ੍ਲਾ ਰਹਿਮਾਨੇ ਰਹੀਮ। ਅੱਜ ਅਸੀਂ ਇੱਕ ਕਸਾਈ ਕੁੱਕੜ, ਬੱਕਰਾ, ਕਬੂਤਰ ਤੇ ਇੱਕ ਚੂਹੇ ਦੀ ਅਨੋਖੀ ਕਹਾਣੀ ਸੁਣਾਵਾਂਗੇ, ਜਿਹੜੀ ਸਾਡੇ ਸਾਰਿਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਇਹਨੂੰ ਪੂਰਾ ਜ਼ਰੂਰ ਸੁਣਿਓ, ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਪਰਮਾਤਮਾ ਤੁਹਾਡਾ ਭਲਾ ਜ਼ਰੂਰ ਕਰੇਗਾ। ਕਿਸੇ ਨਗਰ ਦੇ ਵਿੱਚ ਇੱਕ ਕਸਾਈ ਰਹਿੰਦਾ ਸੀ ਆਪਣੀ ਘਰਵਾਲੀ ਦੇ ਨਾਲ। ਉਹਨੇ ਘਰ ਵਿੱਚ ਹੀ ਕਸਾਈ ਪੁਣੇ ਦੀ ਦੁਕਾਨ ਖੋਲ੍ਹੀ ਹੋਈ ਸੀ। ਉਸ ਕਸਾਈ ਦੇ ਘਰ ਦੇ ਵਿੱਚ ਇੱਕ ਬੱਕਰਾ ਸੀ ਰਹਿੰਦਾ, ਇੱਕ ਕਬੂਤਰ, ਇੱਕ ਕੁੱਕੜੀ ਤੇ ਇੱਕ ਚੂਹਾ ਰਹਿੰਦਾ ਸੀ। ਚੂਹਾ ਕਿਸਾਈ ਦੇ ਘਰ ਵਿੱਚ ਚੀਜ਼ਾਂ ਨੂੰ ਖਾ ਕੇ ਖਰਾਬ ਕਰ ਦਿੰਦਾ ਸੀ, ਤੰਗ ਪਰੇਸ਼ਾਨ ਕਰਦਾ ਸੀ। ਪਹਿਲਾਂ ਤਾਂ ਕਸਾਈ ਨੇ ਗੌਰ ਨਹੀਂ ਕੀਤੀ, ਪਰ ਜਦੋਂ ਚੂਹੇ ਨੇ ਜ਼ਿਆਦਾ ਨੁਕਸਾਨ ਕਰ ਦਿੱਤਾ ਤਾਂ ਇੱਕ ਦਿਨ ਕਸਾਈ ਬਾਹਰੋਂ ਇੱਕ ਚੂਹੇ ਦਾਨੀ ਲੈ ਕੇ ਆਇਆ ਚੂਹਾ ਫੜਨ ਵਾਸਤੇ। ਜਦੋਂ ਚੂਹੇ ਨੂੰ ਪਤਾ ਲੱਗਾ ਕਿ ਕਸਾਈ ਉਹਦੇ ਵਾਸਤੇ ਇੱਕ ਚੂਹੇ ਦਾਨੀ ਫੜ ਕੇ ਲੈ ਕੇ ਆਇਆ, ਹੁਣ ਉਹਨੂੰ ਫੜ ਕੇ ਜਾਂ ਤਾਂ ਮਾਰ ਸੁੱਟੇਗਾ ਜਾਂ ਘਰੋਂ ਬਾਹਰ ਕੱਢ ਦੇਵੇਗਾ। ਇਹ ਸੋਚ ਕੇ ਚੂਹਾ ਬੜਾ ਪਰੇਸ਼ਾਨ ਹੋਇਆ। ਸਭ ਤੋਂ ਪਹਿਲਾਂ ਉਹ ਕਬੂਤਰ ਕੋਲ ਗਿਆ ਤੇ ਜਾ ਕੇ ਕਹਿਣ ਲੱਗਾ, ਕਬੂਤਰ ਭਾਈ ਦੇਖ, ਆਪਾਂ ਇੱਕੋ ਘਰ ਵਿੱਚ ਰਹਿੰਦੇ ਹਾਂ, ਸ਼ਿਕਾਰੀ ਮੇਰੇ ਵਾਸਤੇ ਇੱਕ ਚੂਹੇ ਦਾਨੀ ਲੈ ਕੇ ਆਇਆ, ਉਹ ਮੈਨੂੰ ਫੜ ਕੇ ਜਾਂ ਤਾਂ ਮਾਰ ਸੁੱਟੇਗਾ ਜਾਂ ਘਰੋਂ ਬਾਹਰ ਕੱਢ ਦੇਵੇਗਾ, ਤੂੰ ਮੇਰੀ ਮਦਦ ਜ਼ਰੂਰ ਕਰ। ਇਹ ਸੁਣ ਕੇ ਕਬੂਤਰ ਹੱਸਣ ਲੱਗ ਪਿਆ ਤੇ ਕਹਿਣ ਲੱਗਾ, ਮੈਨੂੰ ਕੀ ਲੋੜ ਆ ਤੇਰੀ ਮਦਦ ਕਰਨੇ ਦੀ, ਉਹ ਕਿਹੜਾ ਮੇਰੇ ਵਾਸਤੇ ਚੂਹੇ ਦਾਨੀ ਲੈ ਕੇ ਆਇਆ ਜਾਂ ਮੇਰੇ ਵਾਸਤੇ ਪਿੰਜਰਾ ਲੈ ਕੇ ਆਇਆ, ਜਾ ਮੈਂ ਤੇਰੀ ਮਦਦ ਨਹੀਂ ਕਰ ਸਕਦਾ। ਫਿਰ ਚੂਹਾ ਕੁੱਕੜ ਦੇ ਕੋਲ ਗਿਆ, ਕੁੱਕੜ ਨੂੰ ਵੀ ਜਾ ਕੇ ਕਿਹਾ ਮੇਰੀ ਮਦਦ ਕਰ, ਪਰ ਕੁੱਕੜ ਨੇ ਵੀ ਕਿਹਾ ਕਿ ਉਹ ਕਿਹੜਾ ਮੇਰੇ ਲਈ ਲੈ ਕੇ ਆਇਆ ਪਿੰਜਰਾ, ਮੈਨੂੰ ਉਹਦੇ ਨਾਲ ਕੋਈ ਨੁਕਸਾਨ ਨਹੀਂ ਆ, ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ। ਫਿਰ ਉਹ ਚੂਹਾ ਬੱਕਰੇ ਦੇ ਕੋਲ ਗਿਆ, ਬੱਕਰੇ ਨੇ ਵੀ ਹੱਸ ਕੇ ਜਵਾਬ ਦੇ ਦਿੱਤਾ ਕਿ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ। ਇਹਨਾਂ ਸਾਰਿਆਂ ਦਾ ਜਵਾਬ ਸੁਣ ਕੇ ਚੂਹਾ ਹੋਰ ਜ਼ਿਆਦਾ ਪਰੇਸ਼ਾਨ ਹੋ ਗਿਆ, ਦੁਖੀ ਹੋ ਗਿਆ ਕਿ ਹੁਣ ਤਾਂ ਮੈਨੂੰ ਇਸ ਘਰ ਵਿੱਚੋਂ ਜਾਂ ਇਸ ਦੁਨੀਆਂ ਦੇ ਵਿੱਚੋਂ ਜਾਣਾ ਪਵੇਗਾ, ਮੇਰੀ ਕੋਈ ਮਦਦ ਨਹੀਂ ਕਰੇਗਾ। ਹੁਣ ਉਸ ਕਸਾਈ ਦੀ ਘਰਵਾਲੀ ਨੇ ਰਾਤ ਨੂੰ ਉਸ ਚੂਹੇਦਾਨੀ ਦੇ ਵਿੱਚ ਥੋੜ੍ਹੀ ਜਿਹੀ ਚੀਜ਼ ਲਾ ਦਿੱਤੀ ਤੇ ਕਿਹਾ ਕਿ ਰਾਤ ਨੂੰ ਚੂਹਾ ਇਹਨੂੰ ਖਾਣ ਦੇ ਲਾਲਚ ਵਿੱਚ ਆਵੇਗਾ ਤੇ ਫੜਿਆ ਜਾਵੇਗਾ। ਹੁਣ ਕਸਾਈ ਦੀ ਘਰਵਾਲੀ ਨੇ ਉਹਦੇ ਵਿੱਚ ਚੀਜ਼ ਲਾ ਕੇ ਉਹਨੂੰ ਇੱਕ ਖੁੰਜੇ ਰੱਖ ਦਿੱਤਾ ਤੇ ਚਲੀ ਗਈ। ਹਨੇਰਾ ਸੀ, ਜਦੋਂ ਹਾਲੇ ਘੰਟਾ ਕੁ ਹੀ ਹੋਇਆ ਸੀ ਕਿ ਚੂਹੇਦਾਨੀ ਦੀ ਆਵਾਜ਼ ਆਈ ਬੰਦ ਹੋਣ ਦੀ, ਠੱਕ ਦੇਣੀ ਦੀ, ਕਿ ਜਿੱਦਾਂ ਚੂਹੇਦਾਨੀ ਵਿੱਚ ਕੁਝ ਫਸਿਆ ਹੋਵੇ। ਹਨੇਰਾ ਸੀ, ਲਾਈਟ ਹੈ ਨਹੀਂ ਸੀ। ਕਸਾਈ ਦੀ ਘਰਵਾਲੀ ਗਈ, ਉਸ ਚੂਹੇਦਾਨੀ ਨੂੰ ਜਿੱਦਾਂ ਹੀ ਹੱਥ ਲਾਇਆ ਉਹਨੂੰ ਇੱਕ ਡੰਕ ਵੱਜਿਆ। ਉਸ ਚੂਹੇਦਾਨੀ ਦੇ ਵਿੱਚ ਚੂਹਾ ਨਹੀਂ, ਹਨੇਰੇ ਦੇ ਵਿੱਚ ਇੱਕ ਸੱਪ ਫਸ ਗਿਆ ਸੀ ਜਿਹੜਾ ਚੂਹੇ ਦੀ ਸਮੈਲ ਲੈਂਦਾ ਲੈਂਦਾ ਉਸ ਘਰ ਵਿੱਚ ਆ ਗਿਆ ਸੀ। ਉਹ ਘੁੰਮਦਾ ਘੁੰਮਦਾ ਉਸ ਚੂਹੇਦਾਨੀ ਵਿੱਚ ਜਾ ਫਸਿਆ ਤੇ ਜਦੋਂ ਉਹ ਫਸਿਆ ਉਹਦੇ ਬੰਦ ਹੋਣ ਦੀ ਆਵਾਜ਼ ਆਈ ਸੀ। ਹੁਣ ਕਸਾਈ ਦੀ ਘਰਵਾਲੀ ਨੂੰ ਨਹੀਂ ਸੀ ਪਤਾ ਕਿ ਇਹਦੇ ਵਿੱਚ ਚੂਹਾ ਆ ਜਾਂ ਸੱਪ ਆ। ਉਹਨੇ ਹਨੇਰੇ ਵਿੱਚ ਹੀ ਜਿੱਦਾਂ ਹੀ ਚੂਹੇਦਾਨੀ ਨੂੰ ਫੜਿਆ ਸੱਪ ਨੇ ਉਹਨੂੰ ਡੰਗ ਮਾਰ ਲਿਆ। ਕਸਾਈ ਨੂੰ ਪਤਾ ਲੱਗਾ
ਕਸਾਈ ਆਪਣੀ ਘਰਵਾਲੀ ਨੂੰ ਚੱਕ ਕੇ ਸਿੱਧਾ ਵੈਦ ਕੋਲ ਲੈ ਗਿਆ। ਵੈਦ ਨੇ ਉਹਦਾ ਇਲਾਜ ਕੀਤਾ, ਜੜੀ ਬੂਟੀਆਂ ਲਾਈਆਂ। ਵੈਦ ਕਹਿਣ ਲੱਗਾ, ਇਹ ਪੂਰੀ ਤਰ੍ਹਾਂ ਤਾਂ ਹੀ ਠੀਕ ਹੋ ਸਕਦੀ ਆ ਜੇਕਰ ਤੁਸੀਂ ਇਹਨੂੰ ਕਬੂਤਰ ਦਾ ਸੂਪ ਪਿਲਾਓ। ਕੀ ਤੁਸੀਂ ਘਰ ਵਿੱਚ ਕੋਈ ਕਬੂਤਰ ਰੱਖਿਆ? ਕਸਾਈ ਕਹਿੰਦਾ, ਜੀ ਹੈਗਾ। ਘਰ ਜਾ ਕੇ ਕਸਾਈ ਨੇ ਕਬੂਤਰ ਫੜਿਆ, ਉਹਦੀ ਧੌਣ ਵੱਢੀ, ਉਹਦੀ ਮਾਸ ਨੂੰ ਛਿਲ ਕੇ ਉਹਦਾ ਸੂਪ ਬਣਾਇਆ ਤੇ ਉਹਦੀ ਘਰਵਾਲੀ ਨੂੰ ਪਿਲਾ ਦਿੱਤਾ। ਘਰਵਾਲੀ ਪੂਰੀ ਤਰ੍ਹਾਂ ਤੰਦਰੁਸਤ ਹੋ ਗਈ। ਹੁਣ ਜਦੋਂ ਰਿਸ਼ਤੇਦਾਰਾਂ ਨੂੰ ਪਤਾ ਲੱਗਾ, ਰਿਸ਼ਤੇਦਾਰ ਘਰ ਆਏ, ਵਧਾਈਆਂ ਦਿੱਤੀਆਂ ਕਿ ਤੇਰੀ ਘਰਵਾਲੀ ਤਾਂ ਮੌਤ ਦੇ ਮੂੰਹ ਵਿੱਚੋਂ ਵਾਪਸ ਆ ਗਈ, ਹੁਣ ਇਹਦੀ ਪਾਲਟੀ ਹੋਣੀ ਚਾਹੀਦੀ ਆ। ਕਸਾਈ ਕਹਿਣ ਲੱਗਾ, ਦੱਸੋ ਕੀ ਖਾਊਂਗੇ? ਤਾਂ ਉਹ ਕਹਿਣ ਲੱਗਾ, ਅਸੀਂ ਤਾਂ ਕੁੱਕੜ ਖਾਵਾਂਗੇ। ਕਸਾਈ ਨੇ ਉਹ ਕੁੱਕੜ ਫੜਿਆ ਜਿਹਦੇ ਕੋਲੋਂ ਚੂਹੇ ਨੇ ਮਦਦ ਮੰਗੀ ਸੀ, ਕੁੱਕੜ ਨੂੰ ਮਾਰ ਕੇ ਬਣਾ ਲਿਆ ਤੇ ਆਪਣੇ ਰਿਸ਼ਤੇਦਾਰਾਂ ਨੂੰ ਪਾਲਟੀ ਦੇ ਦਿੱਤੀ। ਥੋੜੇ ਦਿਨਾਂ ਬਾਅਦ ਕਸਾਈ ਦੇ ਯਾਰ ਦੋਸਤ, ਉਹਨਾਂ ਦੀਆਂ ਘਰਵਾਲੀਆਂ ਤੇ ਉਹਦੇ ਬਾਕੀ ਰਹਿੰਦੇ ਰਿਸ਼ਤੇਦਾਰ ਵੀ ਆਏ। ਆ ਕੇ ਵਧਾਈਆਂ ਦਿੱਤੀਆਂ ਕਿ ਤੇਰੀ ਘਰਵਾਲੀ ਤਾਂ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੋ ਗਈ, ਮੌਤ ਦੇ ਮੂੰਹ ਵਿੱਚੋਂ ਵਾਪਸ ਆ ਗਈ, ਪਾਲਟੀ ਕਰ ਵੇ, ਪਾਲਟੀ ਹੋਣੀ ਚਾਹੀਦੀ ਆ। ਕਸਾਈ ਕਹਿਣ ਲੱਗਾ, ਦੱਸੋ ਕੀ ਖਾਊਂਗੇ? ਕਹਿੰਦੇ ਵੀ ਅਸੀਂ ਤਾਂ ਬੱਕਰਾ ਖਾਵਾਂਗੇ। ਕਸਾਈ ਨੇ ਬੱਕਰੇ ਨੂੰ ਫੜਿਆ, ਝਟਕਾ ਦਿੱਤਾ, ਉਹਦਾ ਮੀਟ ਬਣਾ ਕੇ ਸਾਰੇ ਰਿਸ਼ਤੇਦਾਰਾਂ ਨੂੰ, ਯਾਰਾਂ ਦੋਸਤਾਂ ਨੂੰ ਖਿਲਾ ਦਿੱਤਾ। ਸਾਰਿਆਂ ਨੇ ਬੜੀ ਖੁਸ਼ੀ ਮਨਾਈ। ਹੁਣ ਜੇਕਰ ਆਪਾਂ ਇਸ ਕਹਾਣੀ ਤੇ ਗੌਰ ਕਰੀਏ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿ ਬੁਰੇ ਵਕਤ ਦੇ ਵਿੱਚ ਕਦੀ ਕਿਸੇ ਦਾ ਸਾਥ ਨਾ ਛੱਡੋ। ਹੁਣ ਮੁਸੀਬਤ ਚੂਹੇ ਤੇ ਆਈ ਸੀ। ਕਸਾਈ ਚੂਹੇ ਵਾਸਤੇ ਚੂਹੇਦਾਨੀ ਲੈ ਕੇ ਆਇਆ ਸੀ ਕਿ ਇਹਨੂੰ ਫੜ ਲਵਾਂ, ਪਰ ਚੂਹੇ ਨੇ ਜਦੋਂ ਆਪਣੀ ਮੁਸੀਬਤ ਕਬੂਤਰ ਨੂੰ ਦੱਸੀ, ਕਬੂਤਰ ਨੇ ਵੀ ਕਿਹਾ, ਇਹ ਕਿਹੜਾ ਮੇਰੇ ਵਾਸਤੇ ਆਈ ਆ, ਤੂੰ ਆਪਣੀ ਮਦਦ ਆਪ ਕਰ, ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ। ਫਿਰ ਉਹਨੇ ਕੁੱਕੜ ਨੂੰ ਵੀ ਪੁੱਛਿਆ, ਕੁੱਕੜ ਨੇ ਵੀ ਜਵਾਬ ਦਿੱਤਾ, ਬੱਕਰੇ ਨੂੰ ਪੁੱਛਿਆ, ਬੱਕਰੇ ਨੇ ਵੀ ਜਵਾਬ ਦਿੱਤਾ। ਅਖੀਰ ਉਸੇ ਮੁਸੀਬਤ ਦੇ ਕਰਕੇ ਚੂਹਾ ਤਾਂ ਬਚ ਗਿਆ ਪਰ ਕਬੂਤਰ, ਕੁੱਕੜ ਤੇ ਬੱਕਰੇ ਨੂੰ ਆਪਣੀ ਜਾਨ ਦੇਣੀ ਪੈ ਗਈ। ਕਈ ਵਾਰੀ ਕਿਸੇ 'ਤੇ ਕੋਈ ਮੁਸੀਬਤ ਆਉਂਦੀ ਆ, ਅਗਲਾ ਸਾਡੇ ਕੋਲੋਂ ਮਦਦ ਲੈਣ ਆਉਂਦਾ, ਅਸੀਂ ਮਦਦ ਕਰ ਵੀ ਸਕਦੇ ਹਾਂ ਪਰ ਅਸੀਂ ਇਹ ਸੋਚ ਕੇ ਮਦਦ ਨਹੀਂ ਕਰਦੇ ਕਿ ਇਹ ਕਿਹੜਾ ਪ੍ਰੋਬਲਮ ਮੇਰੇ ਲਈ ਆ, ਇਹ ਕਿਹੜਾ ਪ੍ਰੋਬਲਮ ਮੇਰੀ ਆ। ਪਰ ਰੱਬ ਦੇ ਰੰਗਾਂ ਦਾ ਨਹੀਂ ਪਤਾ ਹੁੰਦਾ, ਸਮੇਂ ਦਾ ਨਹੀਂ ਪਤਾ ਹੁੰਦਾ ਗਾਹਾਂ ਕਿੱਦਾਂ ਦਾ ਸਮਾਂ ਆਉਣਾ, ਹੋ ਸਕਦਾ ਉਹੀ ਮੁਸੀਬਤ ਸਾਡੇ ਗਲ ਪੈ ਜਾਵੇ। ਇਸ ਕਰਕੇ ਕਦੀ ਕਿਸੇ ਦਾ ਸਾਥ ਨਾ ਛੱਡੋ, ਲੋੜ ਪੈਣ 'ਤੇ ਦੂਸਰਿਆਂ ਦੀ ਮਦਦ ਜ਼ਰੂਰ ਕਰੋ, ਤਾਂ ਹੀ ਕੋਈ ਔਖੇ ਵੇਲੇ ਸਾਡੀ ਮਦਦ ਕਰੇਗਾ, ਸਾਡੇ ਨਾਲ ਖੜੇਗਾ। ਇਹ ਕਹਾਣੀ ਸਾਨੂੰ ਬਹੁਤ ਵੱਡੀ ਸਿੱਖਿਆ ਦਿੰਦੀ ਆ, ਜੇਕਰ ਆਪਾਂ ਇਹ ਮੰਨ ਲਈ ਤਾਂ ਸਮਝ ਲਓ ਆਪਾਂ ਤਰ ਜਾਵਾਂਗੇ, ਬਹੁਤ ਵੱਡੀਆਂ ਵੱਡੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਤੋਂ ਬਚ ਜਾਵਾਂਗੇ। ਤਾਂ ਹੀ ਤਾਂ ਅਸੀਂ ਵਾਰ ਵਾਰ ਵੀਡੀਓ ਵਿੱਚ ਸੁਨੇਹਾ ਦੇਈਦਾ ਕਿ ਲੋੜ ਪੈਣ 'ਤੇ ਜਿੰਨਾ ਹੋ ਸਕੇ ਦੂਸਰਿਆਂ ਦੀ ਮਦਦ ਕਰੋ, ਤਾਂ ਹੀ ਕੋਈ ਔਖੇ ਵੇਲੇ ਸਾਡੀ ਮਦਦ ਕਰੇਗਾ। ਜਦੋਂ ਅਸੀਂ ਜੀਵ ਜੰਤੂ ਪਸ਼ੂ ਪੰਛੀਆਂ ਦੀ, ਅੱਲਾਹ ਤਾਲਾ ਦੀ ਮਖਲੂਕ ਦੀ ਕੋਈ ਮਦਦ ਕਰਦੇ ਹਾਂ, ਇਹ ਕੰਮ ਅੱਲਾਹ ਤਾਲਾ ਦੇ ਘਰ ਵਿੱਚ ਵੀ ਬੜਾ ਚੰਗਾ ਮੰਨਿਆ ਜਾਂਦਾ। ਪਰਮਾਤਮਾ ਵੀ ਸਾਨੂੰ ਇਸ ਕੰਮ ਦੀ ਬੜੀ ਹੱਲਾਸ਼ੇਰੀ ਦਿੰਦੇ ਆ, ਸਾਨੂੰ ਇਸ ਕੰਮ ਦਾ ਬੜਾ ਵੱਡਾ ਸਵਾਬ ਦਿੰਦੇ ਆ। ਸੋ ਸਾਨੂੰ ਦੋ ਤਰ੍ਹਾਂ ਇਹਦਾ ਫਾਇਦਾ ਆ, ਇੱਕ ਤਾਂ ਪਰਮਾਤਮਾ ਵੱਲੋਂ ਸਾਡੇ 'ਤੇ ਮਿਹਰਬਾਨੀ ਹੋ ਜਾਂਦੀ, ਅਤੇ ਦੂਸਰਾ ਜਿਹਦੀ ਅਸੀਂ ਮਦਦ ਕਰਦੇ ਹਾਂ ਔਖੇ ਵੇਲੇ ਅਗਲਾ ਵੀ ਸਾਡੀ ਮਦਦ ਕਰਦਾ ਅਤੇ ਅਸੀਂ ਵੱਡੀ ਤੋਂ ਵੱਡੀ ਮੁਸੀਬਤ ਵਿੱਚੋਂ ਬਚ ਜਾਂਦੇ ਹਾਂ। ਸੋ ਤੁਸੀਂ ਵੀ
ਲੋੜ ਪੈਣ ਤੇ ਜਿੰਨੀ ਹੋ ਸਕੇ ਉਨੀ ਵੱਧ ਤੋਂ ਵੱਧ ਲੋੜਵੰਦ ਦੀ ਸਹਾਇਤਾ ਕਰਿਆ ਕਰੋ। ਚਾਹੇ ਤਨ ਮਨ ਧਨ ਕਿਸੇ ਤਰ੍ਹਾਂ ਵੀ ਤੁਸੀਂ ਮਦਦ ਕਰ ਸਕਦੇ ਹਾਂ, ਜ਼ਰੂਰ ਕਰਿਆ ਕਰੋ। ਪਰਮਾਤਮਾ ਤੁਹਾਨੂੰ ਹਰ ਮੁਸੀਬਤ ਵਿੱਚੋਂ ਆਪਣੇ ਆਪ ਬਾਹਰ ਕੱਢ ਦੇਵੇਗਾ। ਸੋ ਇਹ ਗੱਲਾਂ ਬਹੁਤ ਡੂੰਘੀਆਂ, ਇਹਨਾਂ 'ਤੇ ਗੌਰ ਜ਼ਰੂਰ ਕਰਿਓ, ਤੁਹਾਡਾ ਸਦਾ ਹੀ ਭਲਾ ਹੋਵੇਗਾ, ਇਹ ਗੱਲ ਪੱਕੀ ਆ।